ਜਲੰਧਰ ਦੀ GST ਮਹਿਕਮੇ ਦੇ ਮੋਬਾਈਲ ਵਿੰਗ ਵੱਲੋਂ ਲੁਧਿਆਣਾ ਦੇ ਬੱਸ ਸਟੈਂਡ ਤੋਂ ਇੱਕ ਵਿਅਕਤੀ ਕੋਲੋਂ 600 ਗ੍ਰਾਮ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਨੇ। ਇਨ੍ਹਾਂ ਬਿਸਕੁਟਾਂ ਦੀ ਕੀਮਤ ਕਰੀਬ 20 ਲੱਖ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ GST ਵਿਭਾਗ ਦੇ ਅਫਸਰ ਪਵਨ ਕੁਮਾਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਲੁਧਿਆਣੇ ਦੇ ਬੱਸ ਸਟੈਂਡ ਤੋਂ ਸੋਨੇ ਦੇ ਬਿਸਕੁਟ ਲੈ ਕੇ ਰਾਜਸਥਾਨ ਵੱਲ ਜਾ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਰਾਜਸਥਾਨ ਅਤੇ ਪੰਜਾਬ ਦੇ ਵਿੱਚ ਅਜੇ ਕੋਈ ਵੀ ਸੋਨੇ ਦਾ ਮਾਲਕ ਸਾਹਮਣੇ ਨਹੀਂ ਆਇਆ ਅਤੇ ਜਦ ਵੀ ਉਹ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਕੋਲੋਂ ਬੰਦਾ ਟੈਕਸ ਅਤੇ ਜੁਰਮਾਨੇ ਦੀ ਰਕਮ ਵਸੂਲੀ ਜਾਵੇਗੀ। ਇਹ ਸਰ ਕੱਲ ਰਾਤ ਤਕਰੀਬਨ 8 ਵਜੇ ਸਾਡੇ ਕੋਲ ਕੋਈ ਸਪੈਸੀਫਿਕ ਇਨਫੋਰਮੇਸ਼ਨ ਸੀ ਵੀ ਰਾਜਸਥਾਨ ਤੋਂ ਟ੍ਰੇਡਿੰਗ ਹੋ ਰਹੀ ਹੈ ਗੋਲਡ ਦੀ ਇਨ ਮਾਰਕੀਟਸ ਆਫ ਲੁਧਿਆਣਾ, ਠੀਕ ਹੈ। ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਕੰਪਲੀਟ ਨਹੀਂ ਹੁੰਦੀ, ਕੋਈ ਸਪੈਸੀਫਿਕ ਇਨਫੋਰਮੇਸ਼ਨ ਲੈ ਕੇ ਅਸੀਂ ਆਪਣੇ ਜੁਆਇੰਟ ਡਾਇਰੈਕਟਰ ਸ਼੍ਰੀ VK ਵਰਦੀ ਜੀ ਦੀ ਡਾਇਰੈਕਸ਼ਨ ਦੇ ਅਨੁਸਾਰ ਸੁਪਰਵੀਜ਼ਨ ਸਾਡੇ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਪਵਨਜੀਤ ਸਿੰਘ ਉਹਨਾਂ ਨੂੰ ਦੱਸ ਕੇ ਮੇਰੇ ਨਾਲ ਮੇਰੇ ਸਾਥੀ ਦਵਿੰਦਰ ਪੰਨੂ ਜੀ ਅਸੀਂ ਲੁਧਿਆਣੇ ਬੰਦੇ ਨੂੰ ਟਰੈਕ ਕੀਤਾ। ਉਹਨੂੰ ਟਰੇਸ ਕਰਨ ਤੋਂ ਬਾਅਦ ਉਹ ਪ੍ਰੋਪਰ ਉੱਥੋਂ ਜੋ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਸਹੀ ਨਿਕਲੀ, ਮਾਲ ਦੀ ਰਿਕਵਰੀ ਕੀਤੀ। ਉਹਦੇ ਮੁਤਲਕ ਉਹ ਕੋਈ ਬਿੱਲ ਪਰਚਾ ਨਹੀਂ ਪੇਸ਼ ਕਰ ਸਕਿਆ। ਮਾਲ ਫਿਰ ਅਸੀਂ ਆਪਣੇ ਕਬਜ਼ੇ 'ਚ ਲੈਣਾ ਸੀ ਕਿਉਂਕਿ ਸਾਡੀ ਇਹਦੇ ਉੱਪਰ GST ਇਨਵੋਲਵ ਆ ਇਹਦੇ ਵਿੱਚ। ਅਤੇ ਸਰ ਕਿੰਨਾ ਸਮਾਨ ਹੈ ਅਤੇ ਕੀ ਰੇਟ ਕੀ ਹੈ? ਇਹ ਸਰ ਟੋਟਲ ਜਿਹੜੀ ਇਹਦੀ ਹੈਗੀ ਆ ਨੀਅਰ ਅਬਾਊਟ 600 ਗ੍ਰਾਮਸ, ਮੋਰ ਦੈਨ ਹਾਫ KG ਹੈਗਾ ਹੈ। ਅਤੇ ਜੋ ਅੱਜ ਦਾ ਗੋਲਡ ਦਾ ਰੇਟ ਹੈਗਾ ਉਹ 33,000 ਸਮਥਿੰਗ ਹੈ। ਉਸ ਹਿਸਾਬ ਨਾਲ ਇਹਦੀ ਵੈਲਿਊਏਸ਼ਨ ਜਿਹੜੀ ਆ ਅਸੀਂ 20.5 ਲੱਖ ਦੇ ਅਪਰੋਕਸੀਮੇਟਲੀ ਜਿਹੜੀ ਉਹ ਵੈਲਿਊਟ ਕਰਵਾਇਆ, ਉਹ ਗਵਰਨਮੈਂਟ ਅਪਰੂਵਡ ਵੈਲਿਊਰ ਕੋਲੋਂ ਕਰਵਾਈਦਾ ਸੀ। ਉਹ ਪ੍ਰੋਸੈਸ ਅਸੀਂ ਕੰਪਲੀਟ ਕਰ ਚੁੱਕੇ ਹਾਂ। ਕਿੱਥੇ ਲੈ ਕੇ ਜਾਣਾ ਸਮਾਨ ਲੈਣ? ਇਹ ਲੁਧਿਆਣਾ ਤੋਂ ਜੀ ਇਹਨਾਂ ਨੇ ਰਾਜਸਥਾਨ ਵਾਸਤੇ ਜਾਣਾ ਸੀ। ਜਿਹੜਾ ਬੰਦਾ ਵੀ ਅਸੀਂ ਟਰੇਸ ਕੀਤਾ ਉਹ ਵੀ ਰਾਜਸਥਾਨ ਦਾ ਰਹਿਣ ਵਾਲਾ। ਅਤੇ ਗ੍ਰਿਫਤਾਰ ਕਿੱਥੋਂ ਕੀਤਾ? ਉਹਨੂੰ ਅਸੀਂ ਲੁਧਿਆਣਾ ਭਾਰਤ ਨਗਰ ਚੌਂਕ ਨੀਅਰ ਬੱਸ ਸਟੈਂਡ। ਅਤੇ ਮੋਡ ਆਫ ਅਪਰੈਂਟਿਸ ਕੀ ਰਹਿੰਦਾ ਸਰ ਇਹਨਾਂ ਦਾ, ਜਿਹੜਾ ਕਿੱਥੇ ਲੈ ਕੇ ਜਾਂਦੇ, ਕਿੱਦਾਂ ਲੈ ਕੇ ਜਾਂਦੇ? ਅਜੇ ਕਿਹਾ ਨਹੀਂ ਜਾ ਸਕਦਾ ਬੇਸਿਕਲੀ ਕੀ ਹੈ ਇਹਨਾਂ ਦਾ ਮੋਡਸ ਅਪਰੈਂਡੀ। ਇਹ ਹੈ ਜੀ ਇਹਦੇ ਵਿੱਚ ਮਾਲ ਬਾਹਰੋਂ ਲਿਆ ਕੇ ਇੱਥੇ ਵੇਚਦੇ ਆ ਅਤੇ ਇੱਥੋਂ ਮਾਲ ਖਰੀਦ ਕੇ ਫਿਰ ਵਾਪਸ ਲੈ ਕੇ ਜਾਂਦੇ ਆ। ਅਤੇ ਉਹ ਛੋਟੀ ਜਿਹੀ ਆਈਟਮ ਹੋਣ ਦੇ ਕਾਰਨ ਕੋਸਟਲੀ ਆਈਟਮ ਆ ਕਿਉਂਕਿ ਇਹਦੇ ਵਿੱਚ ਇਨਕਮ ਟੈਕਸ ਵੀ ਬਹੁਤ ਜ਼ਿਆਦਾ ਇਨਵੋਲਵ ਆ। ਉਹਦੇ ਕਰਕੇ ਫਿਰ ਉਹਨੂੰ ਲੁਕ ਛਿਪ ਕੇ ਜਿਹੜਾ ਲਿਜਾਣਾ ਉਹ ਜ਼ਿਆਦਾ ਕੋਸ਼ਿਸ਼ ਕਰਦੇ ਲੋਕ। ਅਸੀਂ ਦੇਖ ਰਹੇ ਹਾਂ ਅਜੇ ਸਾਡੇ ਕੋਲ ਔਨਰ ਪੇਸ਼ ਨਹੀਂ ਹੋਇਆ ਸਿਵਾਏ ਜਿਹੜਾ ਬੰਦਾ ਸੀ ਜਿਹਦੇ ਕੋਲ ਰਿਕਵਰ ਕੀਤਾ। ਅਜੇ ਅਸੀਂ ਟਾਈਮ ਦਿੱਤਾ, ਨੋਟਿਸ ਦਿੱਤਾ ਪ੍ਰੋਪਰਲੀ, ਦੇਖਦੇ ਹਾਂ ਕੌਣ ਪੀਅਰ ਹੁੰਦਾ ਕੇਸ ਦੇ ਵਿੱਚ। ਜਿਹਨੇ ਰਿਕਵਰੀ ਨਹੀਂ ਹਜੇ ਉਹਨੇ ਕੋਈ ਡਿਸਕਲੋਜ਼ ਨਹੀਂ ਕੀਤਾ ਜੀ। ਅਸੀਂ ਹਜੇ ਉਹਦੇ ਨਾਮ 'ਤੇ ਜੋ ਉਹਦੀ ਆਈਡੈਂਟੀ ਵਗੈਰਾ ਅਸੀਂ ਉਹਨੂੰ ਕਰਕੇ ਰਿਕਵਰੀ ਉਹਦੀ ਵੈਲਿਊਏਸ਼ਨ ਉਹਦੀ ਪ੍ਰੈਜੈਂਸ ਦੇ ਵਿੱਚ ਕਰਵਾ ਲਈ ਆ। ਪ੍ਰੋਪਰਲੀ ਸਾਡੀ ਕਸਟਡੀ ਵਿੱਚ ਮਾਲ ਹੈਗਾ। ਬਾਕੀ ਅੱਗੇ ਜੇ ਸਾਡੇ ਕੋਈ ਪੇਸ਼ ਹੁੰਦਾ ਕੋਈ ਪ੍ਰੋਪਰ ਆਪਣੀ ਓਨਰਸ਼ਿਪ ਪ੍ਰੂਫ ਕਰਦਾ ਤੇ ਫਿਰ ਅਸੀਂ ਉਹਨੂੰ ਉਸ ਮੁਤਲਕ ਮੈਂ ਆਲਰੇਡੀ ਦੱਸਿਆ ਸਰ ਵੀ ਇਹਦੇ ਵਿੱਚ 3% ਟੈਕਸ ਅਤੇ 3% ਪੈਨਲਟੀ ਜਿਹੜੀ ਆ ਮਿਨੀਮਮ ਇਹ ਲੱਗੂਗੀ। ਜੇ ਓਨਰ ਜਦੋਂ ਪੇਸ਼ ਹੁੰਦਾ ਫਿਰ ਹਾਂ ਜੇ ਓਨਰ ਪੇਸ਼ ਹੁੰਦਾ ਤਾਂ ਜੇ ਸਪੋਜ਼ ਓਨਰਸ਼ਿਪ ਨਹੀਂ ਪ੍ਰੂਫ ਕਰ ਪਾਇਆ ਕੋਈ ਤਾਂ ਜਿੰਨੀ ਦਾ ਮਾਲ ਹੈ ਜੇ 20.5 ਲੱਖ ਦਾ ਮਾਲ ਹੈ ਤਾਂ 20.5 ਲੱਖ ਹੀ ਪੈਨਲਟੀ ਅਤੇ ਟੈਕਸ ਜਿਹੜਾ ਇੰਕਲੂਡ ਕਰਕੇ ਲਗਾਇਆ ਜਾ ਸਕਦਾ। ਬਿਊਰੋ ਰਿਪੋਰਟ ਦਾ TV NRI।